ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਮੰਡੀਆਂ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਤੇ ਅਜਿਹੇ ਦੇ ਵਿੱਚ ਭਗਵੰਤ ਮਾਨ ਨੇ ਇੱਕ ਖੁਸ਼ਖਬਰੀ ਦਿੱਤੀ ਹੈ ਸਾਰਿਆਂ ਨੂੰ ਕਿ ਜਿਹੜਾ ਰਿਜ਼ਰਵ ਬੈਂਕ ਹੈ ਉਸਨੇ ਪੰਜਾਬ ਦੇ ਝੋਨੇ ਦੀ ਖਰੀਦ ਦੇ ਲਈ ਜੋ ਹੈ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰ ਦਿੱਤੀ ਹੈ। ਵੇਰਵੇ ਦੇ ਨਾਲ ਇਸ ਉੱਪਰ ਵੀ ਜਾਣਕਾਰੀ ਸਾਂਝੀ ਕਰਿਓ ਤਾਂ ਕਿ ਕਿਸਾਨ ਭਰਾਵਾਂ ਤੱਕ ਵੀ ਇਹ ਖਬਰ ਪੂਰੀ ਵੇਰਵੇ ਦੇ ਨਾਲ ਉਹਨਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਅੱਗੋਂ ਉਸੇ ਢੰਗ ਦੇ ਨਾਲ ਸਾਰੇ ਆਪਣੀ ਤਿਆਰੀ ਕਰ ਸਕਣ। ਦੇਖੋ, ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸੂਬਾ ਸਰਕਾਰ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਕੈਸ਼ ਕ੍ਰੈਡਿਟ ਲਿਮਿਟ ਦੇ ਲਈ, ਤਾਂ ਕਿ ਜਿਹੜਾ ਕੈਸ਼ ਹੈ ਉਹ ਸੂਬੇ ਦੇ ਖਜ਼ਾਨੇ 'ਚ ਕ੍ਰੈਡਿਟ ਹੋ ਸਕੇ। ਸੋ ਹੁਣ 1 ਅਕਤੂਬਰ ਤੋਂ ਪਹਿਲਾਂ ਜਾਂ ਉਸੇ ਦਿਨ 1 ਅਕਤੂਬਰ ਨੂੰ ਜਿਹੜਾ 41-42 ਲੱਖ ਕਰੋੜ ਰੁਪਈਆ ਉਹ ਸੂਬੇ ਕੋਲ ਆ ਜਾਣਾ ਹੈ, ਭਾਵੇਂ ਉਹ ਰਿਜ਼ਰਵ ਬੈਂਕ ਆਫ ਇੰਡੀਆ ਕਿਸੇ ਵੀ ਪ੍ਰਕਿਰਿਆ ਨਾਲ ਦੇਵੇ, ਇੱਕ ਤਰੀਕੇ ਨਾਲ ਉਹ ਪੈਸਾ ਮਨਜ਼ੂਰ ਕਰ ਦਿੱਤਾ ਗਿਆ। ਸੋ ਪੰਜਾਬ 'ਚ 1 ਅਕਤੂਬਰ ਤੋਂ ਜਦੋਂ ਝੋਨਾ ਮੰਡੀਆਂ 'ਚ ਆਉਣਾ ਹੈ ਉਸੇ ਦਿਨ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਹੈ, ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਤੁਰੰਤ ਕਿਸਾਨਾਂ ਦੀ ਜਿਹੜੀ ਖਰੀਦੀ ਹੈ ਉਹਦਾ ਭੁਗਤਾਨ ਕੀਤਾ ਜਾਏਗਾ, ਔਰ ਜਿਵੇਂ ਹੀ ਕਿਸਾਨ ਮੰਡੀਆਂ 'ਚ ਆਪਣਾ ਝੋਨਾ ਲੈ ਕੇ ਆਉਂਦੇ ਨੇ ਤਾਂ ਤੁਰੰਤ ਫਸਲ ਖਰੀਦ ਕੇ ਉਹਨਾਂ ਦੀ ਅਦਾਇਗੀ ਵੀ ਜਿਹੜੀ ਹੈ ਉਹ ਤੁਰੰਤ ਖਾਤਿਆਂ ਦੇ ਵਿੱਚ ਕਰ ਦਿੱਤੀ ਜਾਣੀ ਹੈ। ਸੋ ਭਗਵੰਤ ਮਾਨ ਕਹਿੰਦੇ ਅਸੀਂ ਕਿਸਾਨਾਂ ਦੀ ਖੱਜਲ ਖੁਆਰੀ ਖਤਮ ਕਰਨ ਦੇ ਲਈ ਦ੍ਰਿੜ ਨਿਸ਼ਚਿਤ ਹਾਂ, ਔਰ ਕਿਸਾਨਾਂ ਦੀ ਖੱਜਲ ਖੁਆਰੀ ਹੈ ਜਿਹੜੀ ਉਹ ਨਹੀਂ ਹੋਣ ਦੇਣੀ। ਸੋ 1 ਅਕਤੂਬਰ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰਾ ਅਨਾਜ ਹੈ ਜਿਹੜਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਿਫਟ ਕਰ ਲਿਆ ਜਾਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਅਫਸਰਾਂ ਦੇ ਨਾਲ ਮੀਟਿੰਗ ਲਈ, ਔਰ ਕੇਂਦਰੀ ਮੰਤਰੀ ਨੇ ਜਿਹੜੇ ਪ੍ਰਹਿਲਾਦ ਜੋਸ਼ੀ ਉਹਨਾਂ ਦੇ ਨਾਲ ਵੀ ਉਹਨਾਂ ਨੇ ਟੈਲੀਫੋਨ 'ਤੇ ਗੱਲ ਕੀਤੀ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ 1 ਅਕਤੂਬਰ ਤੋਂ ਪਹਿਲਾਂ ਪੰਜਾਬ ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਹੈ ਉਹ ਕਾਫੀ ਮਾਤਰਾ ਦੇ ਵਿੱਚ ਜਿਹੜਾ ਸਟਾਕ ਪਿਆ, ਜਿਹੜਾ ਝੋਨਾ ਪਿਆ ਉਹਨੂੰ ਲਿਫਟ ਕਰ ਚੁੱਕੀ ਹੋਏਗੀ, ਮਤਲਬ ਕਿ ਕਿਸੇ ਵੇਲੇ ਵੀ ਝੋਨੇ ਦੀ ਲਿਫਟਿੰਗ ਪੰਜਾਬ 'ਚ ਸ਼ੁਰੂ ਹੋ ਸਕਦੀ ਹੈ। ਸੋ 1 ਅਕਤੂਬਰ ਤੋਂ ਜਦੋਂ ਕਿਸਾਨ ਮੰਡੀਆਂ 'ਚ ਆਉਣਗੇ ਝੋਨਾ ਖਰੀਦਣ ਤੋਂ ਬਾਅਦ ਝੋਨੇ ਨੂੰ ਸਾਂਭਣ ਦੇ ਵਿੱਚ ਸਮੱਸਿਆ ਨਹੀਂ ਆਏਗੀ। ਸਾਨੂੰ ਪਤਾ ਹੈ ਹਰ ਸਾਲ ਪੰਜਾਬ 'ਚ 150 ਲੱਖ 160 ਲੱਖ ਮੀਟ੍ਰਿਕ ਟਨ ਜਾਂ 170 ਲੱਖ ਮੀਟ੍ਰਿਕ ਟਨ 180 ਲੱਖ ਮੀਟ੍ਰਿਕ ਟਨ ਤੱਕ ਵੀ ਜਿਹੜਾ ਸਾਡਾ ਉਤਪਾਦ ਹੈ, ਭਾਵੇਂ ਕਣਕ ਹੈ ਭਾਵੇਂ ਝੋਨਾ ਹੈ, ਇਹ ਉਤਪਾਦਨ ਸਾਨੂੰ ਮਿਲਦਾ। ਸੋ ਕੈਸ਼ ਕ੍ਰੈਡਿਟ ਲਿਮਿਟ ਮਿਲਣ ਤੋਂ ਬਾਅਦ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ ਹੋਣਾ, ਕਿਉਂਕਿ ਲੱਗਦਾ ਇਹ ਸੀ ਕਿ ਜਿਸ ਤਰ੍ਹਾਂ ਨਾਲ ਗੋਦਾਮਾਂ ਦੇ ਵਿੱਚੋਂ ਝੋਨਾ ਚੱਕਿਆ ਨਹੀਂ ਗਿਆ ਕਿ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਏਗੀ ਜਾਂ ਨਹੀਂ, ਪਰ ਹੁਣ ਇਹ ਰਾਹ ਸਾਫ਼ ਹੋ ਗਿਆ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਔਰ ਪੈਸਾ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤੁਰੰਤ ਆਏਗਾ। ਡੱਲਾ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਹੈ ਐਲਾਨ ਹੋ ਚੁੱਕਿਆ ਤਰੀਕ ਦਾ। ਉਧਰ ਹਾਈਕੋਰਟ ਨੇ ਇਹ ਵੀ ਪੁੱਛਿਆ ਕਿ ਨਗਰ ਨਿਗਮ ਦੀਆਂ ਚੋਣਾਂ ਜੋ ਹੈ ਪੰਜਾਬ ਸਰਕਾਰ ਕਦੋਂ ਕਰਵਾਏਗੀ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੀ ਜੇਕਰ ਆਪਾਂ ਗੱਲ ਕਰ ਲਈਏ ਕਾਫੀ ਫੇਰ ਬਦਲ ਹੋ ਚੁੱਕੇ ਨੇ, ਤੇ ਇਹਨਾਂ ਫੇਰ ਬਦਲਾਂ ਤੋਂ ਬਾਅਦ ਜੋ ਹੈ ਪੰਚਾਇਤੀ ਚੋਣਾਂ ਤੋਂ ਬਾਅਦ ਜਿਹੜੀਆਂ 4 ਜ਼ਿਮਨੀ ਚੋਣਾਂ ਨੇ ਉਸਦੀ ਵੀ ਤਿਆਰੀ ਵਿੱਚ ਭਗਵੰਤ ਮਾਨ ਦੀ ਸਰਕਾਰ ਜੋ ਹੈ ਨਜ਼ਰ ਆ ਰਹੀ ਹੈ, ਪਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿਹੜਾ ਸਵਾਲ ਬਣਿਆ ਹੋਇਆ ਕਦੋਂ ਹੋ ਸਕਦੀਆਂ ਨੇ, ਕੀ ਸੰਭਾਵਨਾਵਾਂ ਬਣਦੀਆਂ ਦਿਖ ਰਹੀਆਂ ਨੇ? ਦੇਖੋ, ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤਾਂ 15 ਅਕਤੂਬਰ ਨੂੰ ਹੋਣੀਆਂ ਨੇ, ਉਸੇ ਦਿਨ ਨਤੀਜੇ ਆ ਜਾਣੇ ਨੇ। ਜਿਹੜੇ ਪੰਜਾਬ ਦੇ ਵਿੱਚ ਇਹਨਾਂ ਪੰਚਾਇਤੀ ਚੋਣਾਂ ਦੇ ਚੋਣ ਕਮਿਸ਼ਨਰ ਨੇ ਕਮਲ ਰਾਜ ਚੌਧਰੀ, ਉਹਨਾਂ ਨੇ ਕੱਲ੍ਹ ਇਹ ਐਲਾਨ ਕੀਤਾ, ਔਰ 27 ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਹੋ ਸਕਦੀਆਂ ਨੇ,
ਔਰ ਜਿਹੜੀ ਹੱਦ ਸੀਮਾ ਪੰਚਾਇਤਾਂ ਦੀ ਉਹ ਫਰਵਰੀ 24 'ਚ ਖਤਮ ਹੋ ਗਈ ਸੀ, ਪਰ ਹੁਣ ਲੋਕ ਸਭਾ ਚੋਣਾਂ ਕਰਕੇ ਇਹਨਾਂ ਦੇ ਵਿੱਚ ਦੇਰੀ ਹੋਈ, ਪਰ ਹੁਣ 15 ਅਕਤੂਬਰ ਨੂੰ ਪੰਚਾਇਤ ਦੀਆਂ ਚੋਣਾਂ ਹੋਣਗੀਆਂ। ਔਰ ਭਗਵੰਤ ਮਾਨ ਆਮ ਤੌਰ 'ਤੇ ਇਹ ਅਪੀਲ ਕਰ ਰਹੇ ਨੇ ਜਨਹਿਤ 'ਚ ਕਿ 8 ਪੰਚਾਇਤ ਮੈਂਬਰ ਅਤੇ 1 ਸਰਪੰਚ ਚੁਣਿਆ ਜਾਣਾ, ਜਿਹੜਾ ਪਿੰਡ ਸਰਬਸੰਮਤੀ ਕਰੇਗਾ ਉਹਨਾਂ ਨੂੰ ਕੈਸ਼ ਵਿੱਤੀ ਮਦਦ ਹੈ ਜਿਹੜੀ ਸਰਕਾਰ ਫੰਡ ਦੇ ਰੂਪ 'ਚ ਦੇਵੇਗੀ। ਇਹਦੇ ਨਾਲ ਨਾਲ ਭਾਵੇਂ ਮੁਹੱਲਾ ਕਲੀਨਿਕ, ਭਾਵੇਂ ਖੇਡ ਸਟੇਡੀਅਮ, ਭਾਵੇਂ ਸਕੂਲ, ਉਹਦੇ ਲਈ ਵੀ ਸਰਕਾਰ ਉਹਨਾਂ ਨੂੰ ਪਹਿਲ ਦੇਵੇਗੀ ਅਤੇ ਗ੍ਰਾਂਟ ਦੇਵੇਗੀ। ਸੋ ਕੋਸ਼ਿਸ਼ ਕਿਤੇ ਨਾ ਕਿਤੇ ਇਹ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਪੰਚਾਇਤਾਂ ਨੇ ਜਿਹੜੀਆਂ ਉਹ ਸਰਬਸੰਮਤੀ ਦੇ ਨਾਲ ਬਣਨ। ਇਹਦੇ ਲਈ ਭਗਵੰਤ ਮਾਨ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ। ਹੁਣ 15 ਅਕਤੂਬਰ ਤੱਕ ਚੋਣ ਜ਼ਾਬਤਾ ਹੈ ਔਰ ਬਹੁਤ ਸੰਭਾਵਨਾ ਹੈ ਕਿ 5 ਅਕਤੂਬਰ ਨੂੰ ਜਦੋਂ ਵੋਟਾਂ ਪੈਣੀਆਂ ਹਰਿਆਣੇ 'ਚ ਔਰ 8 ਅਕਤੂਬਰ ਨੂੰ ਜਦੋਂ ਰਿਜ਼ਲਟ ਆਉਣੇ ਨੇ ਹਰਿਆਣੇ ਦੀਆਂ ਵੋਟਾਂ ਦੇ, ਉਸ ਤੋਂ ਬਾਅਦ ਕਿਸੇ ਵੇਲੇ ਵੀ ਚੋਣ ਕਮਿਸ਼ਨ ਭਾਰਤ ਦਾ ਚੋਣ ਜ਼ਾਬਤਾ ਲਾ ਸਕਦਾ ਹੈ ਮਹਾਰਾਸ਼ਟਰ ਦੀਆਂ ਵੋਟਾਂ ਦੇ ਲਈ। ਔਰ ਉਹਦੇ ਨਾਲ ਨਾਲ ਜ਼ਿਮਨੀ ਚੋਣਾਂ ਪੰਜਾਬ ਦੀਆਂ ਜਿਹੜੀਆਂ 4 ਨੇ ਉਹਨਾਂ ਦੇ ਲਈ ਵੀ ਚੋਣ ਜ਼ਾਬਤਾ ਲਾ ਸਕਦਾ ਹੈ। ਇਹਦਾ ਮਤਲਬ ਹੈ ਇਹ ਵੀ ਸੰਭਵ ਹੈ ਕਿ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ 14 ਅਕਤੂਬਰ ਤੱਕ ਉਹ ਜਵਾਬ ਦੇਣ ਕਿ ਪੰਜਾਬ ਦੇ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ, ਉਹ ਕਦੋਂ ਕਰਾ ਸਕਦੇ ਨੇ। ਸੋ ਇਹ ਵੀ ਮੰਨਿਆ ਜਾ ਰਿਹਾ ਕਿ ਪੰਜਾਬ ਸਰਕਾਰ 4 ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਇਹ ਵੋਟਾਂ ਕਰਾਉਣ ਦੀ ਕੋਸ਼ਿਸ਼ ਕਰੇਗੀ ਜਿਹੜੀਆਂ ਪੰਚਾਇਤ ਅਤੇ ਨਗਰ ਨਿਗਮਾਂ ਦੀਆਂ। ਇਹ ਵੀ ਹੋ ਸਕਦਾ ਕਿ ਜ਼ਿਮਨੀ ਚੋਣਾਂ ਦੇ ਦਰਮਿਆਨ ਹੀ ਨਗਰ ਨਿਗਮ ਅਤੇ ਨਗਰ ਨਿਗਮ ਦੀਆਂ ਜਿਹੜੀਆਂ ਵੋਟਾਂ ਨੇ ਉਹ ਹੋ ਜਾਣ। ਸੋ ਅਗਲੇ ਅਕਤੂਬਰ ਔਰ ਨਵੰਬਰ ਜਿਹੜੇ ਅਗਲੇ 2 ਮਹੀਨੇ ਨੇ, ਇੱਕ ਤਰੀਕੇ ਨਾਲ ਇਹ 27 ਸਤੰਬਰ ਤੋਂ ਹੀ ਇਹ ਸ਼ੁਰੂ ਹੋ ਗਿਆ ਕੰਮ, 27 ਸਤੰਬਰ ਤੋਂ ਹੀ ਕੰਮ ਸ਼ੁਰੂ ਹੋ ਗਿਆ, ਚੋਣ ਜ਼ਾਬਤਾ ਲੱਗ ਗਿਆ। ਹੁਣ ਇਹ ਸੰਭਵ ਹੈ ਕਿ ਸਤੰਬਰ ਦੇ ਜਿਹੜੇ ਬਾਕੀ ਦਿਨ ਰਹਿ ਗਏ ਇਹ ਅਕਤੂਬਰ ਔਰ ਨਵੰਬਰ ਤੱਕ ਚੋਣ ਜ਼ਾਬਤੇ ਦੀ ਸਥਿਤੀ ਦਾ ਹੀ ਸਾਹਮਣਾ ਕਰਨਾ ਪਵੇ। ਹਾਲਾਂਕਿ ਜਦੋਂ ਲੋਕ ਸਭਾ ਦੀਆਂ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਨੇ ਤਾਂ ਉਸ ਦਰਮਿਆਨ ਸਿਰਫ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਚੋਣ ਜ਼ਾਬਤਾ ਲੱਗਦਾ ਹੈ ਜਿਨ੍ਹਾਂ ਦੇ ਵਿੱਚ ਇਹ ਜ਼ਿਮਨੀ ਚੋਣਾਂ ਪੈਂਦੀਆਂ ਨੇ। ਸੋ 4 ਜ਼ਿਮਨੀ ਚੋਣਾਂ ਨੇ। ਸੋ ਇਸ ਕਰਕੇ ਆਉਂਦੇ ਸਮੇਂ 'ਚ ਪੰਜਾਬ 'ਚ ਲੰਮਾ ਸਮਾਂ ਚੋਣ ਜ਼ਾਬਤਾ ਰਹੇਗਾ, ਪਰ ਚੋਣ ਜ਼ਾਬਤੇ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ। ਕੱਲ੍ਹ ਵੀ ਕਈ SP, ਕਈ SSP, ਕਮਿਸ਼ਨਰ ਅੰਮ੍ਰਿਤਸਰ ਦੇ ਔਰ ਕਈ ਜਿਹੜੇ ਨੇ ਡਿਪਟੀ ਕਮਿਸ਼ਨਰ ਔਰ ਕਈ DSP ਪੁਲਿਸ ਦੇ ਵਿੱਚ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ। ਵੱਡਾ ਫੇਰਬਦਲ ਪੰਜਾਬ ਸਰਕਾਰ ਨੇ ਮੰਤਰੀ ਮੰਡਲ 'ਚ ਫੇਰਬਦਲ ਦੇ ਨਾਲ ਨਾਲ ਕੀਤਾ। ਸੋ ਹੁਣ 4 ਜ਼ਿਮਨੀ ਚੋਣਾਂ ਹੈ, ਉਹ ਵੀ ਮੁੱਖ ਰੂਪ ਦੇ ਵਿੱਚ ਭਗਵੰਤ ਮਾਨ ਦੇ ਲਈ ਅਗਨੀ ਪ੍ਰੀਖਿਆ ਹੋਏਗੀ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਤੋਂ ਬਾਅਦ। ਕਿਉਂਕਿ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਤਾਂ ਗੱਲ ਸਾਫ਼ ਹੈ ਕਿ ਇਸ ਵਾਰ ਪੰਚਾਇਤ ਚੋਣਾਂ ਪਾਰਟੀ ਦੇ ਸਿੰਬਲ 'ਤੇ ਨਹੀਂ ਲੜੀਆਂ ਜਾਣੀਆਂ, ਇਸ ਕਰਕੇ ਬਹੁਤਾ ਜਿਹੜਾ ਚੋਣਾਂ ਦੇ ਨਤੀਜੇ ਤੋਂ ਬਾਅਦ ਰੌਲਾ ਰੱਪਾ ਜਿਹੜਾ ਪੈਂਦਾ ਹੈ ਕਿ ਕਿਹੜੀ ਪਾਰਟੀ ਜਿੱਤ ਗਈ ਕਿਹੜੀ ਪਾਰਟੀ ਹਾਰ ਗਈ, ਉਹ ਗੱਲਾਂ ਨਹੀਂ ਹੋਣੀਆਂ। ਪਰ ਇੱਕ ਗੱਲ ਤੈਅ ਹੈ ਕਿ 4 ਜ਼ਿਮਨੀ ਚੋਣਾਂ ਪੰਜਾਬ ਦੀਆਂ ਇਹ ਇੱਕ ਬਹੁਤ ਵੱਡਾ ਫਰਕ ਪੰਜਾਬ 'ਚ ਪਾਉਣਗੀਆਂ। ਹਰਿਆਣੇ ਦਾ ਨਤੀਜਾ 8 ਅਕਤੂਬਰ ਤੱਕ ਆ ਚੁੱਕਿਆ ਹੋਣਾ, ਹਰਿਆਣੇ ਦੇ ਵਿੱਚ ਨਤੀਜਾ ਕੀ ਆਉਂਦਾ ਉਹਦਾ ਵੀ ਅਸਰ ਕਿਤੇ ਨਾ ਕਿਤੇ ਪੰਜਾਬ ਦੀਆਂ ਚੋਣਾਂ 'ਤੇ ਪਏਗਾ। ਔਰ ਪੰਜਾਬ 'ਚ ਮੁੱਖ ਮੁਕਾਬਲੇ ਦੇ ਵਿੱਚ 4 ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ
ਰਹਿ ਸਕਦੇ ਨੇ। ਹਾਲਾਂਕਿ ਅਕਾਲੀ ਦਲ ਔਰ ਬੀਜੇਪੀ ਦੀ ਜਿਹੜੀ ਸਥਿਤੀ ਹੈ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਕੋਈ ਪੜਤਾਲ ਉਹਦੀ ਕੀਤੀ ਜਾ ਸਕਦੀ ਹੈ, ਪਰ ਆਉਂਦਾ ਸਮਾਂ ਭਗਵੰਤ ਮਾਨ ਉਹਨਾਂ ਦੇ ਲਈ ਇੱਕ ਵਾਰ ਫਿਰ ਤੋਂ ਵੱਡੀ ਚੁਣੌਤੀ ਵਾਲਾ। ਅਗਰ 4 ਜ਼ਿਮਨੀ ਚੋਣਾਂ 'ਚ ਭਗਵੰਤ ਮਾਨ ਜਿੱਤਦੇ ਨੇ ਅਤੇ 27 ਵਾਲੇ ਪਾਸੇ ਭਗਵੰਤ ਮਾਨ ਜਿਹੜੇ ਨੇ ਉਹ ਇੱਕ ਵੱਡੀ ਲੀਡ ਲੈ ਕੇ ਹੁਣੇ ਹੀ ਅੱਗੇ ਜਾ ਸਕਦੇ ਨੇ, ਔਰ ਅਗਰ ਆਮ ਆਦਮੀ ਪਾਰਟੀ ਇਹਨਾਂ 4 ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਫਿਰ ਜਿਹੜਾ 27 ਦਾ ਜਿਹੜਾ ਨਵਾਂ ਮੁਕਾਬਲੇ ਦਾ ਦੌਰ ਹੈ ਉਹ ਹੁਣੇ ਤੋਂ ਹੀ 5ਵੀਂ ਟੱਕਰ ਵਾਲਾ ਬਣਨਾ ਸ਼ੁਰੂ ਹੋਊਗਾ। ਸੋ ਬਹੁਤ ਹੀ ਦਿਲਚਸਪ ਨਤੀਜੇ ਇਹਨਾਂ ਜ਼ਿਮਨੀ ਚੋਣਾਂ ਦੇ ਪੰਜਾਬ ਦੀ ਭਵਿੱਖ ਦੀ ਸਿਆਸਤ ਦੇ ਮੱਦੇਨਜ਼ਰ ਰਹਿਣਗੇ। ਦੱਲਾ ਜੀ, ਕੱਲ੍ਹ ਇੱਕ ਵਾਰ ਫਿਰ ਕੰਗਨਾ ਰਣੌਤ ਨੇ ਮਾਫ਼ੀ ਮੰਗ ਲਈ ਹੈ ਅਤੇ ਕੀ ਮੰਨਿਆ ਜਾਵੇ ਕਿ ਹੁਣ ਕੰਗਨਾ ਰਣੌਤ ਦੇ ਜਿਹੜੇ ਵਿਵਾਦਿਤ ਬਿਆਨ ਨੇ, ਬੇਤੁਕੇ ਬਿਆਨ ਨੇ, ਇਹਨਾਂ ਦਾ ਹੁਣ ਦੀ ਐਂਡ ਹੋ ਗਿਆ ਲੱਗਦਾ ਹੈ, ਕਿਉਂਕਿ ਬੀਜੇਪੀ ਨੇ ਵੀ ਕੰਗਨਾ ਰਣੌਤ ਨੂੰ ਲੱਗਦਾ ਹੁਣ ਚੰਗੀ ਤਰ੍ਹਾਂ ਦੇ ਨਾਲ ਸਮਝਾ ਦਿੱਤਾ ਹੈ, ਕਿਉਂਕਿ ਪੰਜਾਬ ਅਤੇ ਹਰਿਆਣਾ ਦੀਆਂ ਜਿਹੜੀਆਂ ਬੀਜੇਪੀ ਦੀਆਂ ਇਕਾਈਆਂ ਨੇ, ਸੂਬਾ ਇਕਾਈਆਂ ਦੀ ਜੇਕਰ ਗੱਲ ਕਰ ਲਈਏ, ਉਹ ਵੀ ਲਗਾਤਾਰ ਕਾਫ਼ੀ ਜੋ ਹੈ ਕੰਗਨਾ ਦੇ ਇਸ ਰਵੱਈਏ ਤੋਂ ਕਾਫ਼ੀ ਔਖੀਆਂ ਜ਼ਰੂਰ ਨਜ਼ਰ ਆ ਰਹੀਆਂ ਸੀ। ਕਿਤੇ ਨਾ ਕਿਤੇ ਜ਼ਰੂਰ ਲੱਗ ਰਿਹਾ ਸੀ ਬੀਜੇਪੀ ਨੂੰ ਕਿ ਹਰਿਆਣਾ ਦੇ ਵਿੱਚ ਕੰਗਨਾ ਰਣੌਤ ਦੇ ਨਾਲ ਬੇਤੁਕੇ ਬਿਆਨਾਂ ਦੇ ਨਾਲ ਜ਼ਰੂਰ ਸਿਆਸੀ ਨੁਕਸਾਨ ਹੋ ਸਕਦਾ ਹੈ, ਤੇ ਜੇਕਰ ਆਪਾਂ ਪੰਜਾਬ ਦੀ ਵੀ ਗੱਲ ਕਰ ਲਈਏ ਤਾਂ ਭਵਿੱਖ ਵਿੱਚ ਵੀ ਪੰਜਾਬ ਵਿੱਚ ਵੀ ਬੀਜੇਪੀ ਦੇ ਲਈ ਪਿੰਡਾਂ ਤੇ ਕਿਸਾਨਾਂ ਦੇ ਵਿੱਚ ਆਪਣੀ ਪੈਂਠ ਬਣਾਉਣੀ, ਬਿਆਨਾਂ ਦੇ ਜਿਸ ਤਰ੍ਹਾਂ ਦੇ ਵਿਵਾਦਿਤ ਬਿਆਨ ਕੰਗਨਾ ਦੇ ਰਹੀ ਸੀ ਉਸਦੇ ਨਾਲ ਬੀਜੇਪੀ ਦੀ ਸਥਿਤੀ ਪੰਜਾਬ ਦੇ ਵਿੱਚ ਵੀ ਭਵਿੱਖ ਵਿੱਚ ਬਿਹਤਰ ਬਣਦੀ ਨਜ਼ਰ ਨਹੀਂ ਆ ਰਹੀ ਸੀ। ਸ਼ਾਇਦ ਇਸੇ ਕਰਕੇ ਬੀਜੇਪੀ ਨੇ ਚੰਗੇ ਢੰਗ ਦੇ ਨਾਲ ਕੰਗਨਾ ਨੂੰ ਸਮਝਾਇਆ, ਜਿਸ ਕਰਕੇ ਹੁਣ ਕੰਗਨਾ ਨੇ ਜੋ ਹੈ ਆਪਣੇ ਬਿਆਨਾਂ ਨੂੰ ਲੈ ਕੇ ਮਾਫ਼ੀ ਮੰਗ ਲਈ ਹੈ। ਪਰ ਕੀ ਮੰਨਿਆ ਜਾਵੇ ਕਿ ਹੁਣ ਜੋ ਹੈ ਅੱਗੋਂ ਭਵਿੱਖ ਦੇ ਵਿੱਚ ਕੰਗਨਾ ਦੇ ਅਜਿਹੇ ਬੇਤੁਕੇ ਬੋਲ, ਅਜਿਹੇ ਬੇਤੁਕੇ ਬਿਆਨਾਂ ਦਾ ਦੀ ਐਂਡ ਹੈ, ਅੱਗੋਂ ਇਹ ਕੁਝ ਸੁਣਨ ਨੂੰ ਨਹੀਂ ਮਿਲੇਗਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਤੇ? ਦੇਖੋ ਬੀਬੀ, ਕੰਗਨਾ ਰਣੌਤ ਦੀ ਜਿਹੜੀ ਬਿਆਨਬਾਜ਼ੀ ਹੈ ਪਿਛਲੇ ਕੁਝ ਦਿਨਾਂ ਦੀ, ਉਹਨਾਂ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ, ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾਂ ਸਿੱਖ ਭਾਈਚਾਰੇ ਨੂੰ ਲੈ ਕੇ, ਕਿਤੇ ਨਾ ਕਿਤੇ ਬੀਜੇਪੀ ਨੇ ਇਹ ਮਹਿਸੂਸ ਕਰ ਲਿਆ ਕਿ ਅਗਰ ਕੰਗਨਾ ਰਣੌਤ ਨੂੰ ਚੁੱਪ ਨਾ ਕਰਾਇਆ ਗਿਆ ਤਾਂ ਹਰਿਆਣੇ 'ਚ ਬੀਜੇਪੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਇਕੱਲੇ ਕੰਗਨਾ ਰਣੌਤ ਦੇ ਬਿਆਨ ਹੀ ਹਰਿਆਣੇ 'ਚ ਬੀਜੇਪੀ ਨੂੰ ਨੁਕਸਾਨ ਨਹੀਂ ਦੇਣਗੇ। ਕੱਲ੍ਹ ਮਨੋਹਰ ਲਾਲ ਖੱਟਰ ਉਹਨਾਂ ਦਾ ਵੀ ਇੱਕ ਬਿਆਨ ਆਇਆ, ਉਹ ਜਦੋਂ ਤੁਸੀਂ ਮੈਨੂੰ ਸਵਾਲ ਕਰੋਗੇ ਤਾਂ ਫਿਰ ਮੈਂ ਉਹਦਾ ਵੀ ਅਨਾਲਿਸਿਸ ਕਰਾਂਗਾ। ਕੁੱਲ ਮਿਲਾ ਕੇ ਕੱਲ੍ਹ ਕੰਗਨਾ ਰਣੌਤ ਨੇ ਇਹ ਮੰਨ ਲਿਆ ਕਿ ਹੁਣ ਮੈਂ ਕਲਾਕਾਰ ਨਹੀਂ ਹਾਂ ਅਤੇ ਹੁਣ ਜਿਹੜੇ ਮੇਰੇ ਬਿਆਨ ਨੇ ਉਹ ਪਾਰਟੀ ਦੇ ਸਟੈਂਡ ਵਾਲੇ ਹੋਣੇ ਚਾਹੀਦੇ ਨੇ। ਸੋ ਮੇਰੇ ਬਿਆਨਾਂ ਦਾ ਮਤਲਬ ਹੈ ਕਿ ਮੈਂ ਉਹੀ ਬਿਆਨ ਦੇਵਾਂ ਜਿਹੜੇ ਉਹਦੀ ਪਾਰਟੀ ਦੇ ਬਿਆਨ ਨੇ। ਸੋ ਕਿਤੇ ਨਾ ਕਿਤੇ ਹਰਿਆਣੇ ਦੇ ਵਿੱਚ ਔਰ ਪੰਜਾਬ 'ਚ ਜਿਹੜੀਆਂ ਸੂਬਾ ਇਕਾਈਆਂ ਨੇ ਬੀਜੇਪੀ ਦੀਆਂ ਉਹ ਲਗਾਤਾਰ ਚਿੰਤਤ ਸੀ, ਭਾਵੇਂ ਹਰਜੀਤ ਸਿੰਘ ਗਰੇਵਾਲ ਹੋਣ ਜਾਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਹੋਰ ਅਹੁਦੇਦਾਰ ਹੋਣ, ਪਿਛਲੇ ਕੁਝ ਦਿਨਾਂ ਤੋਂ ਉਹ ਲਗਾਤਾਰ ਕੰਗਨਾ ਰਣੌਤ ਦੇ ਬਿਆਨਾਂ ਨੂੰ ਉਸਦੇ ਨਿੱਜੀ ਬਿਆਨ ਦੱਸ ਕੇ ਬੀਜੇਪੀ ਦਾ ਖਹਿੜਾ ਛੁੜਾ ਰਹੇ ਸੀ। ਅਤੇ ਹਰਿਆਣਾ ਦੇ ਵਿੱਚ ਵੀ ਹੁਣ ਸਥਿਤੀ ਬੀਜੇਪੀ ਨੇ ਜਦੋਂ ਮਹਿਸੂਸ ਕੀਤੀ ਅਤੇ ਬੀਜੇਪੀ ਨੂੰ ਲੀਡਰਸ਼ਿਪ ਨੂੰ ਇਹ ਰਿਪੋਰਟਾਂ ਮਿਲੀਆਂ ਕਿ ਭਾਵੇਂ ਉੱਥੋਂ ਦੀਆਂ ਖਾਬ ਪੰਚਾਇਤਾਂ ਨੇ, ਭਾਵੇਂ ਉੱਥੋਂ ਦੇ ਕਿਸਾਨ ਸੰਗਠਨ ਨੇ, ਭਾਵੇਂ ਬੀਜੇਪੀ ਦੇ ਕਿਸਾਨ ਸੈੱਲ ਨਾਲ ਜੁੜੇ ਲੋਕ ਨੇ, ਹਰ ਕੋਈ ਕੰਗਨਾ ਰਣੌਤ ਦੇ ਬੇਤੁਕੇ ਬਿਆਨਾਂ ਨੂੰ ਲੈ ਕੇ ਬੀਜੇਪੀ ਤੋਂ ਨਾਰਾਜ਼ ਹੈ। ਔਰ ਇਹ ਨਾ ਹੋਵੇ ਕਿ ਜਦੋਂ ਵੋਟਾਂ ਪੈਣੀਆਂ ਨੇ 5 ਅਕਤੂਬਰ ਨੂੰ ਤਾਂ ਕੰਗਨਾ ਰਣੌਤ ਦੇ ਬੇਤੁਕੇ ਬਿਆਨਾਂ ਦਾ ਗੁੱਸਾ ਲੋਕ ਬੀਜੇਪੀ ਦੀ ਵੋਟਿੰਗ ਮਸ਼ੀਨ 'ਤੇ ਕੱਢ ਦੇਣ, ਸੋ ਇਸ ਕਰਕੇ ਜਾਂ ਬੀਜੇਪੀ ਦੇ ਬੂਥ 'ਤੇ ਕੱਢ ਦੇਣ। ਇਸ ਕਰਕੇ ਹੁਣ ਖਬਰਾਂ ਇਹ ਨੇ
ਕਿ ਬੀਜੇਪੀ ਦੀ ਹਾਈ ਕਮਾਂਡ ਨੇ ਕੰਗਣਾ ਰਣੌਤ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਨੇ ਕਿ ਉਹ ਸਿੱਧੇ ਰੂਪ ਦੇ ਵਿੱਚ ਮਾਫ਼ੀ ਮੰਗਣ, ਔਰ ਇਸੇ ਕਰਕੇ ਕੱਲ੍ਹ ਜਿਹੜੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇੱਕ ਤਰੀਕੇ ਨਾਲ ਮਾਫ਼ੀ ਮੰਗ ਲਈ ਹੈ ਔਰ ਭਵਿੱਖ ਦੇ ਵਿੱਚ ਉਹ ਪਾਰਟੀ ਦੇ ਸਟੈਂਡ ਦੇ ਨਾਲ ਹੀ ਜੁੜਨਗੇ। ਇਹ ਗੱਲਾਂ ਬਾਹਰ ਆ ਰਹੀਆਂ ਨੇ। ਬੀਜੇਪੀ 'ਤੇ ਇਸ ਕਰਕੇ ਵੀ ਇਲਜ਼ਾਮ ਲੱਗ ਰਹੇ ਸੀ, ਕੰਗਣਾ ਰਣੌਤ ਦੇ ਬਿਆਨਾਂ 'ਤੇ ਰਾਹੁਲ ਗਾਂਧੀ ਨੇ ਵੀ ਨਿਸ਼ਾਨਾ ਬਣਾਇਆ ਪ੍ਰਧਾਨ ਮੰਤਰੀ ਨੂੰ ਔਰ ਬੀਜੇਪੀ ਨੂੰ, ਕਿਉਂਕਿ ਕੰਗਣਾ ਰਣੌਤ ਦੇ ਬਿਆਨ ਨੂੰ ਦੇਸ਼ ਦੀਆਂ ਦੂਜੀ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਉਸ ਬਿਆਨ ਨੂੰ ਆਧਾਰ ਮੰਨ ਕੇ ਬੀਜੇਪੀ ਅੱਗੇ ਸਵਾਲ ਕਰ ਰਹੇ ਸੀ। ਸੋ ਕਾਂਗਰਸ ਨੇ ਤਾਂ ਇਹ ਮੰਗ ਕਰ ਲਈ ਸੀ ਕਿ ਜਿਹੜੇ ਬਿਆਨ ਕੰਗਣਾ ਰਣੌਤ ਦੇ ਰਹੀ ਹੈ ਬੀਜੇਪੀ ਸਪਸ਼ਟ ਕਰੇ ਕਿ ਇਹ ਬਿਆਨ ਬੀਜੇਪੀ ਦੁਆਰੀ ਹੈ, ਜਾਣ ਬੁੱਝ ਕੇ ਬੀਜੇਪੀ ਇਹ ਬਿਆਨ ਦੁਆਰੀ ਹੈ, ਔਰ ਇਹ ਬੀਜੇਪੀ ਨੂੰ ਕਿਤੇ ਵੀ ਗਵਾਰਾ ਨਹੀਂ ਸੀ। ਭਾਵੇਂ ਇਹ ਜਿਹੜੇ ਬਿਆਨ ਸੀ ਕਿਸੇ ਰਣਨੀਤੀ ਦਾ ਹਿੱਸਾ ਸੀ ਜਾਂ ਕੰਗਣਾ ਰਣੌਤ ਦੇ ਆਪਣੇ ਦਿਮਾਗ 'ਚੋਂ ਉਪਜੇ ਬਿਆਨ ਸੀ, ਪਰ ਹੁਣ ਬੀਜੇਪੀ ਇਹ ਗੱਲ ਸਮਝ ਚੁੱਕੀ ਹੈ ਕਿ ਅਗਰ ਕਿਸਾਨਾਂ ਬਾਰੇ, ਪੰਜਾਬ ਦੇ ਭਾਈਚਾਰੇ ਦੇ ਲੋਕਾਂ ਬਾਰੇ ਅਗਰ ਇਸ ਤਰ੍ਹਾਂ ਦੇ ਬਿਆਨ ਕੰਗਣਾ ਰਣੌਤ ਨੇ ਦਿੱਤੇ ਤਾਂ ਉਹਦਾ ਸਿੱਧਾ ਨੁਕਸਾਨ ਹੈ ਜਿਹੜਾ ਉਹ ਬੀਜੇਪੀ ਨੂੰ ਹੋਣਾ। ਇਸੇ ਕਰਕੇ ਕੰਗਣਾ ਰਣੌਤ ਨੂੰ ਸਮਝਾਇਆ ਗਿਆ, ਔਰ ਮੈਨੂੰ ਲੱਗਦਾ ਕਿ ਕੰਗਣਾ ਰਣੌਤ ਦੇ ਪੰਜਾਬ ਦੇ ਪ੍ਰਤੀ ਜਾਂ ਕਿਸਾਨਾਂ ਦੇ ਪ੍ਰਤੀ ਜਿਹੜੇ ਬਿਆਨ ਸੀ ਉਹਨਾਂ ਦਾ ਦਾ ਐਂਡ ਹੋ ਗਿਆ। ਹੁਣ ਨਾ ਤਾਂ ਬੀਜੇਪੀ ਅਫੋਰਡ ਕਰ ਸਕਦੀ ਹੈ ਭਵਿੱਖ 'ਚ, ਕਿਉਂਕਿ ਹਰਿਆਣੇ ਦੀਆਂ ਚੋਣਾਂ ਦਾ ਨਤੀਜਾ ਜੋ ਵੀ ਹੋਵੇ, ਉਸ ਤੋਂ ਬਾਅਦ ਪੰਜਾਬ 'ਚ 4 ਜ਼ਿਮਨੀ ਚੋਣਾਂ ਨੇ ਔਰ ਫਿਰ 2.5 ਸਾਲਾਂ ਦੇ ਵਿੱਚ ਪੰਜਾਬ 'ਚ ਲੋਕ ਸਭਾ ਦੀਆਂ ਚੋਣਾਂ ਵੀ ਨੇ, ਇਸ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਵੀ ਨੇ 2.5 ਸਾਲਾਂ ਬਾਅਦ। ਅਗਰ ਬੀਜੇਪੀ ਨੇ ਪੰਜਾਬ 'ਚ ਆਪਣੇ ਪੈਰ ਪਸਾਰਨੇ ਨੇ ਤਾਂ ਕੰਗਣਾ ਰਣੌਤ ਵਰਗੇ ਲੀਡਰਾਂ ਦੀ ਜਿਹੜੀ ਚੁੱਪ ਹੈ ਉਹ ਬੀਜੇਪੀ ਲਈ ਲਾਹੇਵੰਦ ਰਹੇਗੀ। ਇਹ ਬੀਜੇਪੀ ਦੀਆਂ ਸੂਬਾ ਇਕਾਈਆਂ ਨੇ ਵੀ ਕਹਿ ਦਿੱਤਾ ਔਰ ਕੇਂਦਰੀ ਬੀਜੇਪੀ ਵੀ ਇਸ ਗੱਲ ਨੂੰ ਹੁਣ ਮਹਿਸੂਸ ਕਰ ਗਈ। ਡੱਲਾ ਜੀ, ਆਪਾਂ ਗੱਲ ਬੀਜੇਪੀ ਦੀ ਕਰ ਰਹੇ ਹਾਂ ਤੇ ਇੱਕ ਵਾਰ ਫਿਰ ਤੋਂ ਚਰਚਾਵਾਂ ਨੇ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਨੇ। ਪੰਜਾਬ ਬੀਜੇਪੀ ਨੂੰ ਜਲਦ ਨਵਾਂ ਪ੍ਰਧਾਨ ਜੋ ਹੈ ਉਹ ਮਿਲ ਸਕਦਾ, ਕਿਉਂਕਿ ਬੀਜੇਪੀ ਦੇ ਵਿੱਚ ਜੋ ਹੈ ਜ਼ਮੀਨੀ ਪੱਧਰ ਤੇ ਸੰਗਠਨ ਦੀਆਂ ਚੋਣਾਂ ਨੂੰ ਲੈ ਕੇ ਖਬਰਾਂ ਚੱਲ ਰਹੀਆਂ, ਤਿਆਰੀਆਂ ਜ਼ਰੂਰ ਚੱਲ ਰਹੀਆਂ ਨੇ, ਤੇ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਪੰਜਾਬ ਵਿੱਚ ਬੀਜੇਪੀ ਫੇਰ ਆਪਣਾ ਚਿਹਰਾ ਮੋਹਰਾ ਬਦਲਣ ਦੀ ਤਿਆਰੀ ਵਿੱਚ ਹੈ, ਤਾਂ ਜਿਹੜੇ ਉਹਨਾਂ ਲੀਡਰਾਂ ਦੀ ਵੀ ਇੱਥੇ ਆਪਾਂ ਗੱਲ ਜ਼ਰੂਰ ਕਰ ਲਈਏ ਡੱਲਾ ਜੀ, ਜਿਹੜੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸੀ, ਉਹਨਾਂ ਦੀ ਸਥਿਤੀ ਇਸ ਸਭ ਦੇ ਵਿੱਚ ਕੀ ਰਹੇਗੀ, ਕੀ ਲੱਗਦਾ ਕੌਣ ਚਿਹਰਾ ਅੱਗੋਂ ਪ੍ਰਧਾਨ ਦੇ ਤੌਰ ਤੇ ਸਾਹਮਣੇ ਆ ਸਕਦਾ ਹੈ, ਤੇ ਉਹ ਚਿਹਰੇ ਦੇ ਨਾਲ ਪੰਜਾਬ ਦੇ ਵਿੱਚ ਸਥਿਤੀ ਕਿਸ ਤਰ੍ਹਾਂ ਨਾਲ ਬਦਲ ਸਕਦੀ ਹੈ, ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਬੀਜੇਪੀ ਦੀ ਓਵਰਆਲ ਸਥਿਤੀ ਨੂੰ ਲੈ ਕੇ? ਭਗਵੰਤ ਮਾਨ ਕੈਬਨਿਟ ਦੇ ਮੰਤਰੀ ਮੰਡਲ ਤੇ ਸੁਨੀਲ ਜਾਖੜ ਨੇ ਤੰਜ ਕਸੇ। ਸੁਨੀਲ ਜਾਖੜ ਕਹਿੰਦੇ ਕਿ 2.5 ਸਾਲਾਂ ਦੇ ਵਿੱਚ ਇਸ ਸਰਕਾਰ ਨੇ 3-4 ਵਾਰ ਮੰਤਰੀ ਮੰਡਲ 'ਚ ਮੰਤਰੀਆਂ ਦੀ ਫੇਰ ਬਦਲ ਕਰ ਦਿੱਤਾ। ਕਈ ਵਾਰੀ ਪਾਰਟੀ ਨੇ ਆਪਣੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਨੂੰ ਅਹੁਦੇ ਤੋਂ ਬਰਤਰਫ ਕੀਤਾ। ਸੋ ਇਸ ਕਰਕੇ ਸੁਨੀਲ ਜਾਖੜ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ 'ਤੇ ਇਹ ਆਰੋਪ ਲਾ ਰਹੇ ਸੀ ਕਿ ਆਮ ਆਦਮੀ ਪਾਰਟੀ ਸੰਗਠਿਤ ਨਹੀਂ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਵੀ ਤੈਅ ਨਹੀਂ ਹੈ, ਔਰ ਉਹ ਲਗਾਤਾਰ ਅਸਥਿਰਤਾ ਦੀ ਗੱਲ ਆਮ ਆਦਮੀ ਪਾਰਟੀ ਦੇ ਵਿੱਚ ਕਰ ਰਹੇ ਸੀ। ਪਰ ਦੂਜੇ ਪਾਸੇ ਦੇਖਿਆ ਜਾਵੇ, ਕੈਪਟਨ ਅਮਰਿੰਦਰ ਵੇਲੇ ਵੀ ਮੰਤਰੀ ਮੰਡਲ 'ਚ ਵਿਸਥਾਰ ਹੋਏ, ਜਦੋਂ ਪੂਰਾ ਮੰਤਰੀ ਮੰਡਲ ਹੀ ਬਦਲ ਦਿੱਤਾ, ਜਦੋਂ ਕੈਪਟਨ ਦੀ ਥਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਅਤੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਸੁਨੀਲ ਜਾਖੜ ਤੋਂ ਬਾਅਦ। ਪਰ ਸਵਾਲ ਹੁਣ ਤੁਸੀਂ ਬੀਜੇਪੀ ਦਾ ਕੀਤਾ, ਬੀਜੇਪੀ ਦੇ ਵਿੱਚ ਜਿਹੜੀ ਮੈਂਬਰਸ਼ਿਪ ਅਭਿਆਨ ਹੈ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ, ਔਰ ਇਹ ਵੀ ਪਤਾ ਹੈ ਕਿ ਕੇਂਦਰੀ ਕੌਮੀ ਪ੍ਰਧਾਨ ਵੀ ਭਾਰਤੀ ਜਨਤਾ ਪਾਰਟੀ ਦਾ ਹੁਣ ਚੁਣਿਆ ਜਾਣਾ,
ਜੇਪੀ ਨੱਡਾ ਦੀ ਜਗ੍ਹਾ ਤੇ ਬੀਜੇਪੀ ਦੇ ਵਿੱਚ ਹੁਣ ਨਵਾਂ ਪ੍ਰਧਾਨ ਆਏਗਾ। ਭਾਵੇਂ ਕੌਮੀ ਪੱਧਰ ਦੇ ਉੱਤੇ ਆਰਐਸਐਸ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਾਂ ਜੇਪੀ ਨੱਡਾ, ਇਹਨਾਂ ਸਾਰਿਆਂ ਦੇ ਆਪਣੇ ਆਪਣੇ ਤੌਰ 'ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ ਕਿ ਉਹਨਾਂ ਦਾ ਹਮ ਖਿਆਲੀ ਕੋਈ ਪ੍ਰਧਾਨ ਬੀਜੇਪੀ 'ਚ ਆਵੇ। ਆਰਐਸਐਸ ਚਾਹੁੰਦੀ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਕਿਸੇ ਆਗੂ ਨੂੰ ਕੌਮੀ ਪ੍ਰਧਾਨ ਬਣਾਇਆ ਜਾਵੇ, ਅਤੇ ਅਮਿਤ ਸ਼ਾਹ, ਨਰਿੰਦਰ ਮੋਦੀ ਔਰ ਜੇਪੀ ਨੱਡਾ ਚਾਹੁੰਦੇ ਨੇ ਕਿ ਆਰਐਸਐਸ ਦੇ ਨਾਲ ਨਾਲ ਕੋਈ ਉਹਨਾਂ ਦਾ ਹਮ ਖਿਆਲੀ ਜਾਂ ਹਮਾਇਤੀ ਜਾਂ ਉਹਨਾਂ ਦਾ ਸਮਰਥਕ ਪ੍ਰਧਾਨ ਅਗਰ ਆਵੇ ਤਾਂ ਉਹ ਜ਼ਿਆਦਾ ਚੰਗੀ ਗੱਲ ਹੈ। ਹੁਣ ਜਦੋਂ ਗੱਲ ਕੌਮੀ ਪੱਧਰ 'ਤੇ ਇਸ ਤਰ੍ਹਾਂ ਦੀ ਲੁਕਵੀਂ ਹੋ ਰਹੀ ਹੈ ਅਤੇ ਸੂਬਾ ਪੱਧਰ 'ਤੇ ਵੀ ਹਾਲਾਤ ਇਸ ਤਰ੍ਹਾਂ ਦੇ ਨੇ, ਖਾਸ ਤੌਰ 'ਤੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਅਤੇ ਜਦੋਂ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਥੋਕ ਦੇ ਵਿੱਚ ਕਾਂਗਰਸ ਦੇ ਲੀਡਰ ਬੀਜੇਪੀ 'ਚ ਗਏ ਔਰ ਪੰਜਾਬ ਦੀਆਂ 13 ਸੀਟਾਂ ਜਿਹੜੀਆਂ ਲੜੀਆਂ ਗਈਆਂ ਉਹਨਾਂ ਦੇ ਵਿੱਚ 3-4 ਥਾਵਾਂ ਨੂੰ ਛੱਡ ਕੇ ਜ਼ਿਆਦਾਤਰ ਜਿਹੜੇ ਲੀਡਰ ਸੀ ਉਹ ਜਾਂ ਤਾਂ ਨਵੇਂ ਭਾਜਪਾ ਹੀ ਬਣੇ ਸੀ ਜਾਂ ਉਹ ਦੂਜੀਆਂ ਪਾਰਟੀਆਂ 'ਚੋਂ ਆਏ ਸੀ, ਜਿਵੇਂ ਰਵਨੀਤ ਬਿੱਟੂ ਦੂਜੀ ਪਾਰਟੀ ਤੋਂ ਆਇਆ, ਬੀਬੀ ਪ੍ਰਨੀਤ ਕੌਰ ਦੂਜੀ ਪਾਰਟੀ ਤੋਂ ਆਏ, ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਉਹ ਦੂਸਰੀ ਪਾਰਟੀ ਤੋਂ ਆ ਕੇ ਬੀਜੇਪੀ ਦੇ ਵਿੱਚ ਉਹਨਾਂ ਨੇ ਚੋਣ ਲੜੀ। ਸੋ ਬਹੁਤ ਸਾਰੀਆਂ ਸੀਟਾਂ ਸੀ ਜਿੱਥੇ ਬੀਜੇਪੀ ਦੇ ਮੁੱਢਲੇ ਤੌਰ 'ਤੇ ਉਮੀਦਵਾਰ ਨਹੀਂ ਸੀ। ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਉਮੀਦਵਾਰ ਸੀ ਉਹ ਵੀ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸੀ। ਸੋ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਸੀ ਦੂਸਰੀਆਂ ਪਾਰਟੀਆਂ 'ਚੋਂ ਉਮੀਦਵਾਰ ਆਏ। ਬਰਨਾਲਾ ਦੇ ਵਿੱਚ ਉੱਥੇ ਜਿਹੜੇ ਅਰਵਿੰਦ ਖੰਨਾ ਸੀ ਉਹ ਵੀ ਕਿਸੇ ਵੇਲੇ ਅਕਾਲੀ ਦਲ ਔਰ ਕਾਂਗਰਸ 'ਚ ਰਹਿ ਚੁੱਕੇ ਨੇ। ਸੋ ਕੁੱਲ ਮਿਲਾ ਕੇ ਇਸ ਵਾਰ ਬੀਜੇਪੀ ਹੁਣ ਮਹਿਸੂਸ ਕਰ ਰਹੀ ਹੈ, ਖਾਸ ਤੌਰ 'ਤੇ ਪੰਜਾਬ ਦਾ ਸੰਗਠਨ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਦੇ ਸੰਗਠਨ ਦੀ ਬੀਜੇਪੀ ਦੀ ਅਗਵਾਈ ਹੈ ਜਿਹੜੀ ਉਹ ਬੀਜੇਪੀ ਦੇ ਕਿਸੇ ਉਸ ਲੀਡਰ ਨੂੰ ਮਿਲੇ ਜਿਹਦਾ ਸੰਬੰਧ ਬੀਜੇਪੀ ਦੇ ਸੰਗਠਨ ਦੇ ਨਾਲ ਹੈ ਔਰ ਜਿਹੜਾ ਬੀਜੇਪੀ ਦਾ ਪੁਰਾਣਾ ਕਾਰਜਕਰਤਾ ਜਾਂ ਪੁਰਾਣਾ ਆਗੂ ਜਿਹੜਾ ਸੰਗਠਨ 'ਚ ਤਰੱਕੀ ਲੈ ਕੇ ਅੱਗੇ ਵੱਧ ਰਿਹਾ। ਹੁਣ ਬਹੁਤ ਭਰੋਸੇਯੋਗ ਸੂਤਰਾਂ ਦੇ ਮੁਤਾਬਕ ਜੇ ਅਸੀਂ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਅਗਲੇ ਪ੍ਰਧਾਨ ਦੀ ਦੌੜ 'ਚ ਪੰਜਾਬ 'ਚੋਂ ਕੋਈ ਚਿਹਰਾ, ਉਹਨਾਂ ਦੇ ਵਿੱਚੋਂ ਉਂਝ ਤਾਂ ਕਈ ਚਿਹਰੇ ਨੇ, ਕਈ ਬੀਜੇਪੀ ਦੇ ਅਜਿਹੇ ਲੀਡਰ ਨੇ ਜਿਹੜੇ ਕੋਈ ਹੁਣ ਜਨਰਲ ਸਕੱਤਰ ਹੈ ਜਾਂ ਪਹਿਲਾਂ ਜਨਰਲ ਸਕੱਤਰ ਰਹੇ, ਮੈਂ ਉਹਨਾਂ ਦਾ ਚਲੋ ਹਜੇ ਨਾਮ ਨਹੀਂ ਲੈਂਦਾ, ਕਈ ਮੌਜੂਦਾ ਅਹੁਦਿਆਂ ਦੇ ਉੱਤੇ ਵੀ ਬੀਜੇਪੀ ਦੇ ਵਿੱਚ ਇੱਥੇ ਲੀਡਰ ਨੇ ਜਿਹੜੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਵੀ ਨੇ ਔਰ ਪ੍ਰਧਾਨ ਬਣ ਵੀ ਸਕਦੇ ਨੇ। ਪਰ ਇੱਕ ਨਾਮ ਹੋਰ ਹੈ, ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸੀ, ਉਹ ਵੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਨੇ। ਹੁਣ ਸਵਾਲ ਇਹ ਹੈ ਕਿ ਅਗਰ ਬੀਜੇਪੀ ਦੇ ਵਿੱਚ ਜਦੋਂ ਸੰਗਠਨ ਦੀਆਂ ਚੋਣਾਂ ਹੋਣੀਆਂ ਨੇ ਕੋਈ ਨਵਾਂ ਪ੍ਰਧਾਨ ਆਏਗਾ ਤਾਂ ਸੁਨੀਲ ਜਾਖੜ ਹੋਣੀ ਜਾਂ ਜਿਹੜੇ ਦੂਸਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਜਿਹੜੇ ਕਾਂਗਰਸ 'ਚੋਂ ਗਏ ਨੇ, ਕੀ ਉਹਨਾਂ ਸਾਰਿਆਂ ਦੇ ਅਹੁਦਿਆਂ ਦੇ ਵਿੱਚ ਵੀ ਤਬਦੀਲੀ ਹੋਏਗੀ? ਨਿਸ਼ਚਿਤ ਤੌਰ 'ਤੇ ਅਗਰ ਕੋਈ ਹੋਰ ਪ੍ਰਧਾਨ ਬਣਦੇ ਨੇ ਤਾਂ ਸੁਨੀਲ ਜਾਖੜ ਉਹਨਾਂ ਨੂੰ ਕੀ ਕੇਂਦਰੀ ਲੀਡਰਸ਼ਿਪ ਦੇ ਵਿੱਚ ਲੈ ਕੇ ਜਾਇਆ ਜਾਏਗਾ? ਸੋ ਇਹ ਸਮਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਾਰੇ ਲੀਡਰਾਂ ਦੇ ਲਈ ਬਹੁਤ ਪਰਖ ਦਾ ਸਮਾਂ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਕਿਉਂਕਿ ਬੀਜੇਪੀ ਦੇ ਵਿੱਚ ਸਮੇਂ-ਸਮੇਂ 'ਤੇ ਸੰਗਠਨਾਤਮਕ ਚੋਣਾਂ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਉੱਥੇ ਫੇਰ ਬਦਲ ਹੁੰਦੇ ਨੇ। ਬੀਜੇਪੀ ਦੇ ਵਿੱਚ ਆਮ ਤੌਰ 'ਤੇ 2 ਸਾਲ ਦਾ ਕਾਰਜਕਾਲ ਅਤੇ ਕਈ ਵਾਰੀ ਵਧਾ ਕੇ 3 ਸਾਲ ਦਾ ਕਾਰਜਕਾਲ, ਹਾਲਾਂਕਿ ਕੌਮੀ ਪੱਧਰ 'ਤੇ ਕਈ ਵਾਰੀ ਡਬਲ ਕਾਰਜਕਾਲ ਵੀ ਹੋ ਜਾਂਦਾ, ਪਰ ਪੰਜਾਬ 'ਚ ਜਿਹੜੀਆਂ ਹੁਣ ਸਥਿਤੀਆਂ ਲੱਗਦੀਆਂ ਨੇ
2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਲੱਗਦਾ ਹੈ ਕਿ ਪੰਜਾਬ 'ਚ ਬੀਜੇਪੀ ਪ੍ਰਧਾਨਗੀ 'ਚ ਫੇਰ ਬਦਲ ਕਰ ਸਕਦੀ ਹੈ। ਅਜਿਹੇ ਹਾਲਾਤਾਂ ਦੇ ਵਿੱਚ, ਕਿਉਂਕਿ ਸੁਨੀਲ ਜਾਖੜ ਇੱਕ ਵਾਰੀ ਤਾਂ ਐਕਟਿਵ ਰਾਜਨੀਤੀ ਤੋਂ ਸੰਨਿਆਸ ਲੈ ਗਏ ਸੀ ਜਦੋਂ ਕਾਂਗਰਸ ਸੀ, ਉਹਨਾਂ ਨੇ ਸਰਗਰਮ ਪੋਲੀਟਿਕਸ ਤੋਂ ਸੰਨਿਆਸ ਲੈ ਲਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਬੀਜੇਪੀ 'ਚ ਸ਼ਮੂਲੀਅਤ ਕੀਤੀ। ਪਰ ਹੁਣ ਸੁਨੀਲ ਜਾਖੜ ਕੀ ਬੀਜੇਪੀ ਸੁਨੀਲ ਜਾਖੜ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਦੇ ਤੌਰ 'ਤੇ ਲੈ ਕੇ ਜਾਏਗੀ? ਕੀ ਬੀਜੇਪੀ ਸੁਨੀਲ ਜਾਖੜ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਦੇ ਨਾਲ ਰਾਜ ਸਭਾ 'ਚ ਲੈ ਕੇ ਜਾਏਗੀ? ਇਹ ਸਵਾਲ ਨੇ ਜਿਹੜੇ ਕਈ ਤਰ੍ਹਾਂ ਦੇ ਬੀਜੇਪੀ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਖੂਬ ਚਰਚਾ 'ਚ ਨੇ, ਕਿਉਂਕਿ ਜ਼ਮੀਨੀ ਪੱਧਰ 'ਤੇ ਜਿਹੜਾ ਬੀਜੇਪੀ ਦਾ ਕਾਡਰ ਹੈ ਉਹਦੀ ਭਾਵਨਾ ਇਹੀ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਹੀ ਕਾਡਰ ਦੇ ਵਿੱਚੋਂ ਕੋਈ ਪ੍ਰਧਾਨ ਮਿਲੇ, ਅਤੇ ਆਉਂਦੇ ਸਮੇਂ 'ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤਾਂ ਬੀਜੇਪੀ ਦੇ ਵਿੱਚ ਸਾਰੀਆਂ ਸੀਟਾਂ ਨੇ ਜਿਹੜੀਆਂ ਉਹ ਕਾਡਰ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣ, ਬੀਜੇਪੀ ਦੇ ਕਾਡਰ ਨੂੰ ਦਿੱਤੀਆਂ ਜਾਣ। ਅਗਰ ਦੂਸਰੀਆਂ ਪਾਰਟੀਆਂ 'ਚੋਂ ਆਏ ਉਮੀਦਵਾਰਾਂ ਨੂੰ ਟਿਕਟਾਂ ਦੇਣੀਆਂ ਤਾਂ ਉਹਨਾਂ ਦੀ ਸੰਖਿਆ ਨਿਸ਼ਚਿਤ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਜ਼ਿਆਦਾਤਰ ਸੀਟਾਂ ਦੂਜੀਆਂ ਪਾਰਟੀਆਂ 'ਚੋਂ ਆਏ ਉਮੀਦਵਾਰਾਂ ਨੂੰ ਦੇ ਦਿੱਤੀਆਂ ਜਾਣ ਔਰ ਜਿਹੜਾ ਬੀਜੇਪੀ ਦਾ ਆਪਣਾ ਕਾਡਰ ਹੈ ਉਹ ਚੋਣ ਲੜਨ ਤੋਂ ਵਾਂਝਾ ਰਹੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਬੀਜੇਪੀ ਦੇ ਜਿਹੜੇ ਅਹੁਦੇਦਾਰ ਨੇ ਜਾਂ ਕਾਰਕੁਨ ਨੇ ਜਾਂ ਲੀਡਰ ਨੇ ਉਹ ਆਮ ਗੈਰ ਰਸਮੀ ਗੱਲਬਾਤ ਦੇ ਵਿੱਚ ਕਰਨ ਲੱਗੇ ਨੇ। ਸੋ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਵੀ ਜਿਹੜਾ ਵੱਡਾ ਫੇਰ ਬਦਲ ਹੈ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਂ, ਇਹ ਗੱਲ ਦੇਖਣ ਵਾਲੀ ਰਹੇਗੀ, 2 ਮਹੀਨੇ ਲੱਗਦੇ ਨੇ, 3 ਮਹੀਨੇ ਲੱਗਦੇ ਨੇ ਜਾਂ 4 ਮਹੀਨੇ ਲੱਗਦੇ ਨੇ, ਕਿਉਂਕਿ ਸੰਗਠਨ ਦੀਆਂ ਹਰ ਪੱਧਰ 'ਤੇ ਜ਼ਿਲ੍ਹਾ ਪ੍ਰਧਾਨ, ਫਿਰ ਸੂਬਾ ਪ੍ਰਧਾਨ ਅਤੇ ਫਿਰ ਕੌਮੀ ਪ੍ਰਧਾਨ, ਸੋ ਸਾਰੇ ਸੰਗਠਨ ਦੇ ਵਿੱਚ ਫੇਰ ਬਦਲ ਦੀ ਜਿਹੜੀ ਪ੍ਰਕਿਰਿਆ ਉਹ ਇਸ ਵਕਤ ਬੀਜੇਪੀ ਦੇ ਵਿੱਚ ਚੱਲ ਰਹੀ ਹੈ। ਡੱਲਾ ਜੀ, ਹਰਿਆਣਾ ਦੇ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਸਾਨਾਂ ਨੂੰ ਲੈ ਕੇ ਇੱਕ ਜੋ ਹੈ ਬਿਆਨ ਦਿੱਤਾ, ਅਜਿਹਾ ਬਿਆਨ ਜਿਸ ਦੇ ਨਾਲ ਇਕਦਮ ਜੋ ਹੈ ਸਿਆਸਤ ਵੀ ਗਰਮਾਈ ਨਜ਼ਰ ਆ ਰਹੀ ਹੈ ਹਰਿਆਣਾ ਦੇ ਵਿੱਚ, ਸਿਆਸੀ ਮਾਹੌਲ ਇਸ ਬਿਆਨ ਦੇ ਨਾਲ ਭਖਿਆ ਜ਼ਰੂਰ ਨਜ਼ਰ ਆ ਰਿਹਾ ਹੈ। ਇਹ ਬਿਆਨ ਕੀ ਹੈ, ਇਸ ਉੱਪਰ ਵੇਰਵੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਦੇਖੋ, ਮਨੋਹਰ ਲਾਲ ਖੱਟਰ ਉਹ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਜਦੋਂ ਕਿਸਾਨ ਪਹਿਲੀ ਵਾਰੀ ਪੰਜਾਬ ਦੇ ਦਿੱਲੀ ਕੂਚ ਕਰ ਰਹੇ ਸੀ ਅਤੇ ਉਹਨਾਂ ਦੀ ਸਰਕਾਰ ਨੇ ਪੱਥਰ ਲਾਏ ਸੀ ਰਸਤੇ 'ਚ ਔਰ ਕਿਸਾਨਾਂ ਨੇ ਬੈਰੀਕੇਡਿੰਗ ਤੋੜੀ, ਪੱਥਰ ਤੋੜੀ ਅਤੇ ਉਹਨਾਂ ਨੇ ਮੋਰਚਾ ਦਿੱਲੀ ਜਾ ਕੇ ਲਾਇਆ। ਪਰ ਇਸ ਵਾਰ ਵੀ ਜਦੋਂ ਦੂਜੀ ਵਾਰ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਬਣੇ ਅਤੇ ਜਦੋਂ ਇੱਕ ਵਾਰ ਫਿਰ ਕਿਸਾਨਾਂ ਨੇ ਸ਼ੰਭੂ ਬੈਰੀਅਰ ਦੇ ਜ਼ਰੀਏ ਦਿੱਲੀ ਜਾਣਾ ਚਾਹਿਆ ਅਤੇ ਉਹਨਾਂ ਨੇ ਪੱਕੀ ਬੈਰੀਕੇਡਿੰਗ ਹੈ ਜਿਹੜੀ ਉਹ ਸ਼ੰਭੂ ਬੈਰੀਅਰ 'ਤੇ ਕੀਤੀ। ਸ਼ੰਭੂ ਬਾਰਡਰ ਇਸ ਵਕਤ ਪੂਰੀ ਤਰ੍ਹਾਂ ਨਾਲ ਸੀਲ ਹੈ ਔਰ ਮਨੋਹਰ ਲਾਲ ਖੱਟੜ ਹੀ ਮੁੱਖ ਮੰਤਰੀ ਸੀ ਜਦੋਂ ਇਹ ਫੈਸਲਾ ਹੋਇਆ। ਹੁਣ ਕੱਲ੍ਹ ਪਰਸੋਂ ਮਨੋਹਰ ਲਾਲ ਖੱਟੜ ਹਰਿਆਣੇ ਦੇ ਵਿੱਚ ਇੱਕ ਸਮਾਗਮ 'ਚ ਪਬਲਿਕ ਰੈਲੀ 'ਚ ਬੋਲ ਰਹੇ ਸੀ ਜਿੱਥੇ ਮਨੋਹਰ ਲਾਲ ਖੱਟੜ ਕਹਿੰਦੇ ਕਿ ਅਸੀਂ ਸ਼ੰਭੂ ਬੈਰੀਅਰ ਖੋਲ੍ਹਣ ਦੀ ਯੋਜਨਾ ਲਗਭਗ ਬਣਾ ਲਈ ਸੀ। ਉਹ ਕਹਿੰਦੇ ਸਾਨੂੰ ਪਤਾ ਹੈ, ਕਿਉਂਕਿ ਸ਼ੰਭੂ ਬੈਰੀਅਰ ਬੰਦ ਹੋਣ ਨਾਲ ਹਰਿਆਣੇ ਦੇ ਵਪਾਰੀਆਂ ਦੇ ਵਿੱਚ ਵੀ ਸਰਕਾਰ ਦੇ ਪ੍ਰਤੀ ਕਾਫੀ ਰੋਸ ਸੀ, ਜਿਹੜੀ ਗੱਲ ਮਨੋਹਰ ਲਾਲ ਖੱਟੜ ਵੀ ਹੁਣ ਭਾਪ ਰਹੇ ਸੀ। ਪਰ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਹਰਿਆਣਾ ਦੀ ਸਰਕਾਰ ਨੇ ਸ਼ੰਭੂ ਬੈਰੀਅਰ ਖੋਲ੍ਹਣ ਦਾ ਫੈਸਲਾ ਕਰ ਲਿਆ ਸੀ, ਪਰ ਇਹ ਮਾਮਲਾ ਹੁਣ ਸੁਪਰੀਮ ਕੋਰਟ 'ਚ ਚਲਿਆ ਗਿਆ, ਇਸ ਕਰਕੇ ਹੁਣ ਜਿਹੜੀ ਲੋਕਾਂ ਦੀ ਬਣੀ ਕਮੇਟੀ ਹੈ ਉਹਦੀ ਸਲਾਹ ਦੇ ਨਾਲ ਸੁਪਰੀਮ ਕੋਰਟ ਇਹਦੇ 'ਤੇ ਫੈਸਲਾ ਕਰੇਗੀ। ਪਰ ਜੇ ਸਾਡੀ ਸਰਕਾਰ ਬਣ ਜਾਂਦੀ, ਜੇ ਚੋਣ ਜ਼ਾਬਤਾ ਨਾ ਲੱਗਦਾ ਜਾਂ ਇਹ ਮਾਮਲਾ ਸੁਪਰੀਮ ਕੋਰਟ 'ਚ ਨਾ ਜਾਂਦਾ ਤਾਂ ਸ਼ੰਭੂ ਬੈਰੀਅਰ ਖੋਲ੍ਹਣ ਦੀ ਅਸੀਂ ਯੋਜਨਾ ਬਣਾ ਲਈ ਸੀ। ਪਰ ਉਹਨਾਂ ਨੇ ਇੱਕ ਵਾਰ ਫੇਰ ਕਿਹਾ ਕਿ ਦੂਜੇ ਪਾਸੇ ਕੁਝ ਅਜਿਹੇ ਤੱਤ ਨੇ,
ਉਹਨਾਂ ਨੇ ਕਿਹਾ ਕਿ ਉਹ ਸਾਰੇ ਕਿਸਾਨ ਨਹੀਂ ਹੈ, ਕਿਸਾਨਾਂ ਦੇ ਭੇਸ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਸਥਿਰਤਾ ਨਹੀਂ ਬਣਨ ਦੇਣਾ ਚਾਹੁੰਦੇ। ਸੋ ਇੱਕ ਤਰੀਕੇ ਨਾਲ ਉਹਨਾਂ ਨੇ ਬਿਨਾਂ ਨਾਮ ਲਏ ਇੱਕ ਵਾਰ ਮੁੜ ਤੋਂ ਕਿਸਾਨਾਂ 'ਤੇ ਇਸ ਤਰ੍ਹਾਂ ਦੇ ਤੰਜ ਕਸੇ ਨੇ, ਜਿਹਦੇ ਨਾਲ ਹਰਿਆਣਾ ਦੀ ਸਿਆਸਤ ਇੱਕ ਵਾਰ ਫਿਰ ਪੱਕੀ ਹੈ। ਔਰ ਹਰਿਆਣਾ ਦੇ ਵਿੱਚ ਜਿਹੜੀ ਕਿਸਾਨੀ ਵੋਟ ਹੈ ਉਹਦਾ ਵੱਡਾ ਹਿੱਸਾ ਜਿਹੜਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਆਪਣਾ ਪ੍ਰਭਾਵ ਜ਼ਰੂਰ ਪਾਏਗਾ। ਹੁਣ ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖੇ ਤਾਂ ਬੀਜੇਪੀ ਦੇ ਕੈਂਡੀਡੇਟਾਂ ਦਾ ਬਹੁਤ ਖੁੱਲ੍ਹਾ ਵਿਰੋਧ ਹੋਇਆ ਸੀ। ਹਰਿਆਣੇ ਦੇ ਵਿੱਚ ਵੀ ਅਸੀਂ ਕਈ ਥਾਈਂ ਦੇਖਦੇ ਹਾਂ ਜਿੱਥੇ ਕਿਸਾਨ ਲੀਡਰ ਜਾਂ ਵੱਖ ਵੱਖ ਖਾਬ ਪੰਚਾਇਤਾਂ ਜਾਂ ਵੱਖ ਵੱਖ ਕਿਸਾਨ ਸੰਗਠਨ ਲਗਾਤਾਰ ਬੀਜੇਪੀ ਦੇ ਜਿਹੜੇ ਲੀਡਰ ਨੇ ਜਾਂ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ। ਸੋ ਵਿਰੋਧ ਕਰਨ ਦਾ ਤਰੀਕਾ ਜਿਹੜਾ ਉਹ ਵੱਖੋ ਵੱਖਰਾ ਹੋ ਸਕਦਾ, ਪਰ ਕਿਸਾਨ ਅੰਦੋਲਨ ਔਰ ਕਿਸਾਨਾਂ ਪ੍ਰਤੀ ਜਿਸ ਤਰੀਕੇ ਦਾ ਰਵੱਈਆ ਸੀ ਬੀਜੇਪੀ ਦਾ, ਉਹਦਾ ਖਾਮਿਆਜ਼ਾ ਬੀਜੇਪੀ ਨੂੰ ਵੀ ਇਹਨਾਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪੈ ਸਕਦਾ। ਹੁਣ ਬੀਜੇਪੀ ਨੂੰ ਇਸ ਵਾਰ ਫਾਇਦਾ ਹੁੰਦਾ ਜਾਂ ਨੁਕਸਾਨ, ਇਹਦੇ ਲਈ ਇੰਤਜ਼ਾਰ ਕਰਨਾ ਪਏਗਾ 8 ਅਕਤੂਬਰ ਦਾ। ਪਰ ਇੱਕ ਗੱਲ ਤੈਅ ਹੈ ਕਿ ਮੁੱਦਾ ਕਿਸਾਨੀ ਅੰਦੋਲਨ ਔਰ ਕਿਸਾਨਾਂ ਨੂੰ ਰੋਕਣ ਦਾ ਮੁੱਦਾ ਹਰਿਆਣੇ ਦੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ। ਸੋ ਰਿਜ਼ਲਟ ਕਿਸ ਰੂਪ 'ਚ ਨਿਕਲਦੇ ਨੇ ਉਹਦਾ ਅਸਰ ਸਿੱਧਾ ਸਿੱਧਾ ਮੁਲਕ ਦੀ ਸਿਆਸਤ ਔਰ ਪੰਜਾਬ ਦੀ ਸਿਆਸਤ 'ਤੇ ਵੀ ਇਸ ਵਾਰ ਪੈ ਸਕਦਾ। ਬਹੁਤ ਬਹੁਤ ਧੰਨਵਾਦ ਡੱਲਾ ਜੀ, ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਵੇਰਵੇ ਦੇ ਨਾਲ ਜਾਣਕਾਰੀ ਦਿੱਤੀ ਹੈ, ਤੁਹਾਡਾ ਸਿਆਸੀ ਐਨਾਲਿਸਿਸ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਅਖੀਰ 'ਚ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ, ਔਰ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਤੁਹਾਡਾ ਪੱਖ ਵੀ ਸਾਂਝਾ ਕਰਾਂਗੇ। ਬਹੁਤ ਧੰਨਵਾਦ।